ਹਾਂਜੀ ਸਸਰਗਲ ਜੀ ਗੁੱਡ ਮਾਰਨਿੰਗ ਭਾਜੀ ਭਾਜੀ ਇਹ ਗੱਲ ਸਹੀ ਵੀ ਆ ਤੇ ਗਲਤ ਵੀ ਆ ਥੋੜੀ ਜੀ ਕਈ ਥੋੜੇ ਬਹੁਤ ਬ੍ਰੋਕਰ ਹੈਗੇ ਇੱਕ ਦੋ ਲਾ ਲਓ ਜਿਵੇਂ ਸੀਐਚ ਰੋਬਨਸਨ ਆ ਕਈ ਕਾਲਾਂ ਕਰ ਕਰਕੇ ਆਪਾਂ ਲੋਪ ਕਰੀਦੇ ਆ ਉਹ ਕਹਿੰਦੇ ਨਹੀਂ ਕਰਨਾ ਨਹੀਂ ਕਰਨਾ ਲੋਡ ਦੇ ਦੇ ਦਿੰਦੇ ਕਈ ਦੇ ਦਿੰਦੇ ਪਹਿਲੇ ਦਿਨ ਤੋਂ ਹੀ ਲੋਡ ਦੇ ਮਿਲਣੇ ਸ਼ੁਰੂ ਹੋ ਜਾਂਦੇ ਆ ਹਰ ਰੇਖ ਨਹੀਂ ਦਿੰਦਾ ਥੋੜੇ ਜਿਹੀ ਆ ਬ੍ਰੋਕਰ ਦੋ ਤਿੰਨ ਹਨਾ ਵੀ ਕਾਲਾਂ ਐਵੇਂ ਬਾਹਲੀ ਪ੍ਰੋਬਲਮ ਆਉਂਦੀ ਆ ਬਟ ਜਦੋਂ ਤੁਸੀਂ ਮਿਹਨਤ ਕਰ ਰਹੇ ਆ ਇੱਕ ਟਰੱਕ ਆ ਕਿੰਨੀ ਵੱਡੀ ਗੱਲ ਆ ਤੁਸੀਂ 10 ਕਾਲਾਂ ਕਰ ਲਿਓ 15 ਕਰ ਲੋਗੇ ਮਿਲ ਜੂਗਾ ਨਾ ਲੋਡ ਅਗਲਾ ਕਦੋਂ ਕੰੀ ਕੰਮ ਕਰਨਾ ਅਗਲੀ ਆਜੂ ਕੰਪਨੀਆਂ ਅਗਲੀ ਆਜੂ ਹਨ ਤੇ 1 ਮਹੀਨੇ ਦੇ ਬਾਅਦ ਕਾਫੀ ਕੰਪਨੀਆਂ ਖੁੱਲ ਜਾਂਦੀਆਂ ਜਿਹੜੇ ਬ੍ਰੋਕਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਤੁਹਾਡੇ ਨਾਲ ਤਿੰਨਾ ਮਹੀਨਿਆਂ ਦੇ ਬਾਅਦ ਮੇਰਾ ਆਪਣਾ ਅੰਦਾਜ਼ਾ ਹੁਣ ਇਥੇ ਇਹਦਾ ਕੋਈ ਨੰਬਰ ਤਾਂ ਹੈ ਨਹੀਂ ਨਾ ਮੈਨੂੰ ਲੱਗਦਾ ਨਹੀਂ ਕੋਈ ਸਰਵੇ ਕੀਤਾ ਹੋਣਾ ਕਿਸੇ ਨੇ ਤਿੰਨਾ ਮਹੀਨਿਆਂ ਬਾਅਦ 90% ਕੰਪਨੀਆਂ ਤੁਹਾਡੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਉਦੋਂ ਬਾਅਦ 6 ਮਹੀਨਿਆਂ ਤੇ ਉਦੋਂ ਬਾਅਦ ਸਾਲ ਇੱਕ ਇੱਕ ਦੋ ਦੋ ਕੰਪਨੀਆਂ ਮੇਰੇ ਕੋਲ ਹਈਆਂ ਜਦੋਂ ਮੈਂ 2 ਸਾਲਾਂ ਤੋਂ ਘੱਟ ਹੀ ਅਜੇ ਵੀ 2 ਸਾਲ ਚਾਹੀਦੇ ਐਵੇਂ ਦੀਆਂ ਵੀ ਹੈਗੀਆਂ ਸੀ ਤੇ ਬਾਕੀ ਇਹ ਬਹਾਨੇ ਹੁੰਦੇ ਵੀ ਮੈਂ ਕੰਮ ਨਹੀਂ ਕਰ ਸਕਦਾ ਮੈਨੂੰ ਤਾਂ ਲੋਡ ਨਹੀਂ ਮਿਲਨੇ ਠੀਕ ਹੈ ਨਾ ਕਈ ਲੋਕਾਂ ਨੂੰ ਬਹਾਨੇ ਚਾਹੀਦੇ ਹੁੰਦੇ ਕੰਮ ਨਾ ਕਰਨ ਦੇ ਉਹ ਉਹਨਾਂ ਦੇ ਆ ਜਾ ਪੁੱਠੀ ਸਲਾਹ ਦੇਣੀ ਵੀ ਤੂੰ ਨਾ ਕੰਮ ਕਰ ਅਰ ਜਿੰਨੀਆਂ ਕੰਪਨੀਆਂ ਖੁੱਲੀਆਂ ਵਾਂ ਜਿੰਨੀਆਂ ਵੀ ਹੈਗੀਆਂ ਤੁਸੀਂ ਦੇਖੋ 3-300 ਟਰੱਕ ਲੈ ਕੇ ਬੈਠੀਆਂ ਵਾਂ ਦਾ ਇੱਕ ਟਰੱਕ ਵਾਲਾ ਵੀ ਆ ਜੋ ਦੋ ਹਲੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਦੋ ਦੋ ਸਾਲਾਂ ਤੋਂ ਸ਼ੁਰੂ ਕੀਤਾ ਸੀ ਪੇ ਇੱਕ ਦਿਨ ਤੋਂ ਸ਼ੁਰੂ ਕੀਤਾ ਨਾ ਇਹਨਾਂ ਨੇ ਤੇ ਫਿਰ ਤੁਸੀਂ ਵੀ ਕਰ ਸਕਦੇ ਆ ਸਾਰੇ ਹੀ ਕਰ ਸਕਦੇ ਇੱਕ ਦਿਨ ਤੋਂ ਤੇ ਮੈਂ ਆਪਣੇ ਇੱਕ ਪਹਿਲੇ ਦਿਨ ਤੋਂ ਸ਼ੁਰੂ ਕੀਤਾ ਤਾਂ ਆਪਣੀ ਲੋਡ ਚੱਕਿਆ ਪਹਿਲੇ ਦਿਨ ਤੋਂ ਕਿਸੇ ਦੀ ਹੈਲਪਰ ਬਾਲ ਨਹੀਂ ਲਈ ਮੈਂ ਇੱਕ ਦੋ ਲੋਡ ਵੱਤੋ ਵੱਤ ਲੈ ਹੁਣ ਜਿਵੇਂ ਟਰੱਕ ਫਸ ਗਿਆ ਉੱਥੇ ਹੋਰ ਕੋਈ ਜਿਵੇਂ ਵੀ ਵਾਸ਼ਿੰਗਟਨ ਚਲ ਗਿਆ ਮੈਨੂੰ ਚੇਤਾ ਆ ਜੇ ਵੀ ਵਾਸ਼ਿੰਗਟਨ ਚਲ ਗਿਆ ਸ਼ਸਪੋਕਣ ਉੱਥੇ ਲੋਡ ਨਹੀਂ ਮਿਲਦਾ ਇੱਕ ਲੋਡ ਲੱਗਾ ਤੇ ਉਹ ਕਹਿੰਦੇ ਛਾਲ ਦੀ ਕੰਪਨੀ ਚਾਹੀਦੀ ਆ ਤੇ ਮੈਂ ਆਪਣੇ ਪੁਰਾਣੇ ਡਿਸਪੈਚਰ ਨੂੰ ਕਹੇ ਮੈਂ ਲੋਡ ਲੈ ਦੇ ਤੂੰ ਨੇ ਲੋਡ ਲੈਤਾ ਹਨਾ ਐਵੇਂ ਇੱਕ ਦੋ ਵਾਰ ਹੀ ਹੋਇਆ ਹੋਰ ਕੋਈ ਪ੍ਰੋਬਲਮ ਨਹੀਂ ਗਈ ਫੱਟੇ ਚੱਕ ਦੋ ਤੁਸੀਂ ਕੋਈ ਗੱਲ ਨਹੀਂ ਇੱਕ ਮਹੀਨਾ ਜੇ ਤੇ ਨੂਰ ਸਸਤੇ ਲੋੜ ਵੀ ਮਿਲ ਜਾਣਗੇ ਬਾਲਾ ਨਹੀਂ ਫਰਕ ਹੁੰਦਾ ਸਸਤੇ ਵੀ ਮਿਲ ਜਾਣਗੇ ਤੇ ਤਾਂ ਕਿ ਇਹ ساری ਉਮਰ ਕੁੰਡੀ ਤੋਂ ਤੇ بچੋਗੇ ਜੇ ਕੁੰਡੀ ਤੋਂ ਨਾ ਵੀ بچਗੇ ਹਰੇਕ ਬੰਦਾ ਕੁੰਡੀ ਨਹੀਂ ਲਾਉਂਦਾ ਘੱਟੋ ਘੱਟ ਮਨ ਦੇ ਵਿੱਚ ਤਸੱਲੀ ਤਾਂ ਹੋਊਗੀ ਵੀ ਕੁੰਡੀ ਢੀ ਲੱਗਦੀ ਜਿਆਦੀ ਪ੍ਰੋਬਲਮ ਕੁੰਡੀ ਦੀ ਨਹੀਂ ਗਈ ਜਿਆਦੀ ਪ੍ਰੋਬਲਮ ਮਨ ਦੀ ਆ ਇਹ ਕਹਣਾ ਆਪਣਾ ਮਨ ਨਹੀਂ ਰਾਜੀ ਹੁੰਦਾ ਤੇ ਉਹਦੇ ਵਿੱਚ ਬੰਦਾ ਡਿਪਰੈਸ਼ਨ ਚ ਜੀ ਜਾਂਦਾ ਹਾਏ ਮੇਰੇ ਪੈਸੇ ਮੁੱਕ ਗਏ ਮੇਰੇ ਮੈਂ ਮੈਨੂੰ ਮੇਰੇ ਪੈਸੇ ਬਣ ਜਾਣੇ ਸੀ ਜੇ ਮੈਂ ਆਪ ਕਿਤੇ ਨਹੀਂ ਦਿੱਤੇ ਉਹ ਆਪੇ ਕਰ ਲੋ ਇੱਕ ਮਹੀਨਾ ਸਬਰ ਕਰ ਲੋ ਤਾਂ ਕੀ ਹੈ ਕੰਪਨੀ ਦੀ ਰਿਸੋਰਸ ਕਰਾ ਲੋ ਤੇ ਇੱਕ ਮਹੀਨਾ ਨਾਸ਼ਕੋ ਲੋੜ ਦੋਵਾਂ ਮਹੀਨਾ ਤੇ ਸ਼ੁਰੂ ਕਰ ਦੋ ਬੜੀਆਂ ਕੰਪਨੀਆਂ ਨੇ ਲੋੜ ਦੇ ਦੇਣੇ ਤੁਹਾਨੂੰ ਥੈਂਕ ਯੂ